ਅਸੀਂ ਤਾਂ ਇੱਦਾਂ ਰੱਖਿਆ ਆ, ਅਸੀਂ ਹੁਣ ਮੀਆਂ ਬੀਬੀ ਹੈਗੇ ਹਾਂ, ਜਿੱਦਾਂ ਅਤੇ ਸਾਨੂੰ ਜਿੱਦਾਂ 4-5 ਕਿਲੋ ਦੁੱਧ ਬਹੁਤ ਆ। ਵੈਸੇ ਜਦੋਂ ਇਹ ਫਰੈਸ਼ ਹੁੰਦੀ ਆ ਤਕਰੀਬਨ 20-21 ਲੀਟਰ ਪ੍ਰੋਡਕਟ ਹੋ ਜਾਂਦਾ। ਹਾਂ, ਜੇ ਹੁਣ ਦੁੱਧ ਵਧਾਉਣਾ ਹੋਵੇ ਵਧਾ ਸਕਦੇ ਹਾਂ। ਦੁੱਧ ਸਾਨੂੰ ਖਰੀਦੇ ਨੂੰ 25-30 ਸਾਲ ਹੋ ਗਏ ਹੋਣੇ। ਵੈਸੇ ਦੁੱਧ ਸਾਨੂੰ ਸਵਾਦ ਮਨ ਨਹੀਂ ਲੱਗਦਾ ਵੀ ਕਹੀਏ, ਜਿਹੜਾ ਸਟੋਰ ਦਾ ਦੁੱਧ ਆ ਐਕਚੁਲੀ ਵਿੱਚੋਂ ਹੋਰ ਇਸ ਤਰ੍ਹਾਂ ਜਿੱਦਾਂ ਲਾਈਕ ਯੂ ਨੋ ਜਿਹੜਾ ਖਰਾਬ ਜਿਹਾ ਹੁੰਦਾ, ਜਿੱਦਾਂ ਯੂ ਨੋ ਜੀ ਫੀਲ। ਅਤੇ ਹੁਣ ਪਿਛਲੇ ਸਾਲ ਦੀ ਸਰੋਂ ਬੀਜੀ ਆ, ਐਕਚੁਲੀ ਉਹ ਤੇਲ ਤੂਲ ਕੱਢਣ ਜੋਗੀ ਬਥੇਰੀ ਚੱਕ ਲਈ ਆ, ਬਾਕੀ ਹਾਲੇ ਖੱਤਿਆਂ 'ਚ ਪਈ ਆ ਪਿਛਲੇ ਸਾਲ ਦੀ। ਉਹ ਬਰਫ਼ ਥੱਲੇ ਵੀ ਹੁਣ ਫਰ ਫੇਰ ਖੁਰ ਗਈ ਆ, ਜੇ ਚੱਕ ਹੀ ਨਹੀਂ ਤਾਂ ਮੁੜ ਕੇ ਵਾਹ ਕੇ ਫੇਰ ਗਾਹਾਂ ਜਿਹੜੀ ਉਹ ਅਤੇ ਫੇਰ ਬੀਜ ਲਈਦੀ ਆ। ਕਣਕ ਅਸੀਂ 3-4 ਸਾਲ ਬਾਅਦ ਬੀਜ ਲਈਦੀ ਆ, ਅਤੇ ਖਾਣੀ ਵੀ ਇੱਦਾਂ ਹੀ ਚਾਹੀਦੀ ਹੈ। ਪਹਿਲਾਂ ਦਾਣਿਆਂ ਨੂੰ ਤੁਸੀਂ ਮਤਲਬ ਟੈਸਟ ਕਰ ਲਓ ਕਿ ਉਹ ਵਿੱਚ ਜਿਹੜੀ ਉਹਦੀ ਜਰਮਨੇਸ਼ਨ ਆ ਜਿਹੜੀ ਉਹੀ ਅਸਲੀ ਚੀਜ਼ ਹੈ। ਅਸੀਂ ਕਦੀ ਵੀ ਇਹਨਾਂ ਨੂੰ ਬੰਨਿਆ ਨੀਗਾ, ਓਪਨਿੰਗ ਦੇ ਵਿੱਚ ਜਦੋਂ ਹਾਕ ਮਾਰੀ ਦੀ ਆ ਉਹਨਾਂ ਨੂੰ ਵੀ ਪਤਾ ਵੀ ਮੁੱਠ ਮਤਲਬ ਫੀਡ ਮਿਲਣੀ ਆ, ਆ ਕੇ ਉਹ ਖੜੇ ਹੋ ਕੇ ਦੁੱਧ, ਕੋਈ ਫੜਨ ਦੀ ਲੋੜ ਨਹੀਂ, ਕੋਈ ਇਹਨਾਂ ਦੀਆਂ ਲੱਤਾਂ ਫੜਨ ਦੀ ਲੋੜ ਨਹੀਂ, ਖੜਕੇ ਨਹੀਂ ਦੁੱਧ ਦੇ ਜਾਣਾ। ਜਦੋਂ ਇੱਥੇ ਹੁਣ ਥੋੜ੍ਹਾ ਮਤਲਬ ਜਦੋਂ ਉਪਰੇ ਥਾਂ ਜਾਂਦੇ ਹਾਂ ਕਈ ਵਾਰੀ ਪਤਾ ਨਹੀਂ ਹੁੰਦਾ, ਜਿੱਦਾਂ ਫਿਰ ਵੀ ਨਾ ਬਈ ਕਿਤੇ ਦੌੜ ਜਾਵੇ ਵਟ ਨਾਟ ਹੀ ਰਹੋ, ਸੋ ਇਸ ਕਰਕੇ ਪਰ ਅਦਰਵਾਈਜ਼ ਇਜ਼ ਦ ਵੈਰੀ ਨਾਈਸ। ਹਾਕ ਮਾਰ ਲਓ ਸਾਰੇ ਆ ਜਾਂਦੇ ਆ, ਉਹਨਾਂ ਨੂੰ ਵੀ ਲਾਲਚ ਆ ਵੀ ਕੁਛ ਮਿਲੂਗਾ ਜਦੋਂ ਹਾਕ ਮਾਰੀ ਆ। ਅਤੇ ਅਸੀਂ ਵੀ ਫਿਰ ਮਤਲਬ ਟਰਾਈ ਕਰੀਦੀ ਆ, ਕਈ ਵਾਰੀ ਸਕਿੱਪ ਕਰ ਦਈਦੀ ਇੱਕ ਦੋ ਵਾਰੀ ਨਹੀਂ ਵੀ ਕਿਤੇ ਮਿਲੇ, ਪਰ ਸਾਨੂੰ ਇਹਨੂੰ ਵੀ ਪਤਾ ਹੈ ਵੀ ਜੇ ਦੋ ਕੁ ਵਾਰੀ ਉੱਦਾਂ ਹੀ ਦਿੱਤਾ ਕੁਛ ਦਿੱਤਾ ਇਹਨੂੰ ਨਹੀਂ ਕਹਿਣਾ ਉੱਦਾਂ ਹੀ ਹਾਕਾਂ ਮਾਰਦੇ, ਇਹਨਾਂ ਤੋਂ ਕੀ ਲੈਣਾ ਆ। ਇਹ ਜਿਹੜੀ ਕਾਓ ਹੈ ਇਹ ਜਰਸੀ ਕਾਓ ਆ, ਹਾਂਜੀ। ਇਹਦਾ ਜਿਹੜਾ ਦੁੱਧ ਆ ਵੈਸੇ ਨਾ ਕਾਫੀ ਰਿਚ ਆ, 10-13% ਇਹਦੇ 'ਚ ਫੈਟ ਹੁੰਦੀ ਆ ਤਕਰੀਬਨ, ਹਾਂਜੀ। ਅਤੇ ਮੇਰਾ ਖਿਆਲ ਹੋਲਸਟੀਨ ਦੀ ਮੇਰਾ ਖਿਆਲ ਵੱਧ ਤੋਂ ਵੱਧ 6 ਆ, ਅਤੇ ਬਾਕੀ ਮੱਝ ਦੀ ਵੀ ਮੇਰਾ ਖਿਆਲ 6-7% ਆ ਆਪਣੇ ਇੰਡੀਆ ਜਿੱਦਾਂ। ਅਤੇ ਬਾਕੀ ਇਹ ਥੋੜ੍ਹੇ ਸਾਈਜ਼ ਵੀ ਠੀਕ ਆ, ਫਿਰ ਮਤਲਬ ਇਹਨਾਂ ਨੂੰ ਪੱਠੇ ਪੁੱਠੇ ਪਾਉਣੇ ਵੀ ਇੰਨੀ ਫੀਡ ਨਹੀਂ ਆ ਜਾਣੋ, ਅਤੇ ਦੁੱਧ ਬੜਾ ਰਿਚ ਆ ਸਾਡੇ, ਹਾਂਜੀ। ਉੱਦਾਂ ਮਤਲਬ ਮਤਲਬ ਫੈਂਸਿੰਗ ਲਾਈ ਹੋਆ, ਅਤੇ ਵਿੱਚ ਉਹਦੇ ਸਾਰੇ ਏਕੜ ਦੇ ਵਿੱਚ ਜਿੱਦਾਂ ਘੁੰਮੀ ਜਾਂਦੇ ਆ ਜਾਣੋ, ਜਿੱਥੇ ਮਰਜ਼ੀ ਮਤਲਬ ਉੱਧਰ ਨੂੰ ਚੱਲ ਜਾਣਾ 10 ਕਿਲੋਮੀਟਰ, ਇੱਧਰ ਨੂੰ ਚੱਲ ਜਾਣਾ 10 ਕਿਲੋਮੀਟਰ ਜਾਣੋ, ਅਤੇ ਦਰੱਖਤਾਂ ਦੋਸਤਾਂ ਘੁੰਮੀ ਜਾਂਦੇ ਆ, ਅਤੇ ਜਦੋਂ ਫਿਰ ਚੋਣਾ ਆ ਜਿੱਥੇ ਆ ਅਤੇ ਉਹ ਹਾਕ ਮਾਰੋ ਫਿਰ ਨਹੀਂ ਉਹ ਵਿੱਚੋਂ ਆ ਜਾਣਾ ਜਿੱਦਾਂ ਆ ਜਾਣਾ। ਇਹ ਵੈਸੇ ਐਕਚੁਲੀ ਅਸੀਂ ਤਾਂ ਇੱਦਾਂ ਰੱਖਿਆ ਆ, ਅਸੀਂ ਹੁਣ ਮੀਆਂ ਬੀਬੀ ਹੈਗੇ ਹਾਂ ਜਿੱਦਾਂ, ਅਤੇ ਸਾਨੂੰ ਜਿੱਦਾਂ 4-5 ਕਿਲੋ ਦੁੱਧ ਬਹੁਤ ਆ, ਇੰਨਾ ਕੁ ਸਾਡਾ ਅਸੀਂ ਪੀ ਲਈਦਾ ਜੋ ਵੀ ਦਹੀਂ ਬਣਾਉਣਾ ਖਾਣਾ ਕਰਨਾ ਜਿੱਦਾਂ, ਉਹ ਤੋਂ ਬਾਅਦ ਫਿਰ ਸਾਨੂੰ ਲੋੜ ਮਨੀ। ਅਤੇ ਦੂਜੇ ਪਾਸੇ ਫਿਰ ਇੱਦਾਂ ਆ ਜੇ ਬਾਹਲੀ ਤੁਸੀਂ ਪ੍ਰੋਡਕਸ਼ਨ ਲੈਣੀ ਆ ਫਿਰ ਤੁਸੀਂ ਹੋਰ ਮਤਲਬ ਫੀਡ ਫੂਡ ਤਰ੍ਹਾਂ ਦੇ ਪਾਉਣੇ, ਸਾਨੂੰ ਇਹਨੂੰ ਕੋਈ ਫੀਡ ਫੂਡ ਦੀ ਲੋੜ ਨਹੀਂ ਪਾਉਣੀ, ਮਤਲਬ ਸਿੰਪਲ ਫੀਡ ਘਾਹ ਖਾ ਲਿਆ ਉਹ ਖਾ ਲਿਆ ਉਹਦੇ ਇੰਨਾ ਕੁ ਦੁੱਧ ਹੋ ਜਾਂਦਾ ਹੈ। ਵੈਸੇ ਜਦੋਂ ਇਹ ਫਰੈਸ਼ ਹੁੰਦੀ ਆ ਤਕਰੀਬਨ 20-21 ਲੀਟਰ ਪ੍ਰੋਡਕਸ਼ਨ ਹੋ ਜਾਂਦੀ ਹੈ ਜੇ ਕਰਨੀ। ਹਾਂ, ਜੇ ਹੁਣ ਦੁੱਧ ਵਧਾਉਣਾ ਹੋਵੇ ਵਧਾ ਸਕਦੇ ਹਾਂ, ਪਰ ਵੀ ਜਸਟ ਯੂ ਨੋ ਨੋਰਮਲ ਫੀਡ ਆਮ ਦੇਈ ਜਾਈਦੀ ਆ ਜਿੱਦਾਂ ਜਿੱਦਾਂ ਭਾਕੂ ਜਿਹੜਾ ਆ, ਅਤੇ ਮਤਲਬ 4-5-6 ਕਿਲੋ ਹੋ ਜਾਂਦਾ ਹੈ ਦੁੱਧ ਦਾ। ਮੇਰਾ ਖਿਆਲ ਦੁੱਧ ਸਾਨੂੰ ਖਰੀਦੇ ਨੂੰ 25-30 ਸਾਲ ਹੋ ਗਏ ਹੋਣੇ ਆ, ਹਾਂਜੀ। ਵੈਸੇ ਦੁੱਧ ਸਾਨੂੰ ਸਵਾਦ ਮਨ ਨਹੀਂ ਲੱਗਦਾ ਵੀ ਕਹੀਏ, ਜਿਹੜਾ ਸਟੋਰ ਦਾ ਦੁੱਧ ਆ ਐਕਚੁਲੀ ਵਿੱਚੋਂ ਹੋਰ ਇਸ ਤਰ੍ਹਾਂ ਜਿੱਦਾਂ ਲਾਈਕ ਯੂ ਨੋ ਜਿਹੜਾ ਖਰਾਬ ਜਿਹਾ ਹੁੰਦਾ, ਜਿੱਦਾਂ ਯੂ ਨੋ ਯੂ ਕੈਨ ਟੈਲ ਹਾਊਐਵਰ ਦੇ ਪੈਸਟਰਾਈਜ਼ ਕਰਦੇ ਆ ਵਟ ਐਵਰ ਕੀ ਕਰਦੇ ਆ। ਸੋ ਬਾਕੀ ਆ ਗਾਂ ਵੀ ਇਹਨਾਂ ਨੂੰ ਇਹਨੂੰ ਕੋਈ ਪ੍ਰੋਬਲਮ ਨਹੀਂ ਗੀ ਹੈ, ਜੇ ਤੁਸੀਂ ਮਤਲਬ ਬੇਬੀ ਬੂਬੀ ਨਹੀਂ ਲੈਣਾ ਇਹਨੇ ਦੁੱਧ ਇੱਦਾਂ ਹੀ ਦੇਈ ਜਾਣਾ ਆ, ਹਾਂਜੀ ਹਾਂਜੀ। ਹੁਣ ਪਹਿਲੀ ਗਾਂ ਸਾਡੀ ਉਹ ਮਤਲਬ ਸਾਨੂੰ ਕਿੰਨੇ ਸਾਲ ਉਹਨੇ ਜੀ ਦੁੱਧ ਦਿੱਤਾ ਪਹਿਲੀ ਨੇ ਮਾਰਵੋ ਨੇ 5 ਸਾਲ ਉਹਨੇ ਲਗਾਤਾਰ ਚੋਈ, ਫਿਰ ਉਹ ਤੋਂ ਅਸੀਂ ਫਿਰ ਬੇਬੀ ਲੈ ਲਿਆ ਫਿਰ ਚੁੱਲ੍ਹ ਜਿੱਦਾਂ ਜਦੋਂ, ਹਾਂਜੀ। ਪਰ ਉਹ ਵੀ ਲੋੜ ਨਹੀਂ ਹੈ ਜਿੱਦਾਂ ਬੋਲ ਮੇਰੇ ਹਿਸਾਬ ਨਾਲ ਆ ਜਿੱਦਾਂ ਵੀ ਹੈ ਨਾ ਹਰ ਸਾਲ ਉਹ ਤਾਂ ਆ ਵੀ ਹੁਣ ਫਾਰਮ ਜਿਹੜੇ ਵੀ ਰੱਖਦੇ ਆ ਗਾਂ ਵਿੱਚ, ਚੱਲ ਬੇਬੀ ਹੋਊ ਕਈ ਵਾਰੀ ਐਨੀਮਲ ਤੁਹਾਡਾ ਕਈ ਵਾਰੀ ਸਿੱਕ ਹੋ ਜਾਊਗਾ, ਮਤਲਬ ਯੂ ਨੋ ਮਤਲਬ ਚਲੋ ਮਰ ਗਿਆ ਵੀ ਗਾਂ, ਚਲੋ ਹੋਰ ਹੈਗਾ ਉਹ ਹੋ ਜਾਊਗਾ। ਦੂਜੇ ਪਾਸੇ ਇਹ ਵੀ ਹੈ ਜੇ ਤੁਹਾਨੂੰ
बेबी होगा तो बेच भी सकते हैं, मतलब यू नो, तो इस करके बाकी दुध नूं तुसीं ओह कोई गल नहीं है, कोई प्रॉब्लम नहीं आती। प्रॉब्लम जदों सूण वाली हुंदी है गां, उहनूं मतलब उहनूं एनर्जी चाहीदी है, इस करके फिर उसनूं छड देईदा चोणा भी, क्यों थोड़ा जिहा, नहीं तां इधरों दुध चोई जांदे आ, उहदी बेचारी एनर्जी खिच्ची जांदे, उधर उहदे ढिड च बेबी है, तो उहनूं मतलब छड दिंदे फिर 2-3 महीने चोणों जिद्दां। ਤੇ ਬਾਕੀ ਇਹ ਦੁੱਧ ਦੇਈ ਜਾਂਦੇ ਆ, ਤੇ ਉਹਨੂੰ ਫਿਰ ਜਦੋਂ ਫਿਰ ਬੇਬੀ ਆ ਉਹ ਦੁੱਧ ਵੀ ਫਿਰ ਥੋੜ੍ਹਾ ਪਤਲਾ ਜਿਹਾ ਪਾਣੀ ਪੂਣੀ ਜਿਹਾ ਹੋਣ ਲੱਗ ਪੈਂਦਾ ਆ। ਇਹ ਗਾਂ ਤਾਂ ਵੈਸੇ ਹੁਣ ਵੈਸੇ ਜਿੰਨਾ ਐਨੀਮਲ ਛੋਟਾ ਆ ਉਨਾ ਹੀ ਛੇਤੀ ਤੁਸੀਂ ਉਹਨੂੰ ਮਤਲਬ ਬਰੀਡ ਕਰ ਸਕਦੇ ਆ। ਜਿੱਦਾਂ ਹੁਣ ਡੋਗ ਆ ਹੈਫਸੀ ਜਿਹਨੂੰ ਵੱਡਾ ਡੋਗ ਆ ਜਿੱਦਾਂ, ਅਤੇ ਉਹ ਤਕਰੀਬਨ 15-16 ਮਹੀਨੇ ਜੋ ਯੂ ਨੋ ਮਤਲਬ ਉਹਗਾ ਹੀਟ ਦੇ ਵਿੱਚ, ਅਤੇ ਨਿੱਕਾ ਜਿਹੜਾ ਆ ਉਹ 3-4 ਮਹੀਨੇ 'ਚ ਵੀ ਹਿੱਟ ਜਾ ਜਾਊਗਾ ਜਿੱਦਾਂ। ਅਤੇ ਗਾਂ ਜਿਹੜੀ ਆ ਵੈਸੇ ਇਹ ਤਕਰੀਬਨ ਇਹਨੂੰ ਇੱਕ ਫੁੱਲ ਯੀਅਰ ਚਾਹੀਦਾ ਆ, ਉਸ ਤੋਂ ਬਾਅਦ ਤਕਰੀਬਨ ਜਦੋਂ ਮੇਰੇ ਹਿਸਾਬ ਦੇ ਨਾਲ ਮਤਲਬ 17-18 ਮਹੀਨਿਆਂ ਦੀ ਹੋ ਜਾਵੇ, ਦੈਨ ਯੂ ਕੈਨ ਯੂ ਨੋ ਬਰੀਡ ਇਟ ਵਿਲ ਬੀ। ਇੱਦਾਂ ਹੁਣ ਦੇਖੋ ਹੁਣ ਅਸੀਂ ਗਾਂ ਚੋਣ ਲਏ ਹਾਂ, ਗਾਂ ਵੀ ਸਾਡੀ ਹੱਸਦੀ ਫਿਰਦੀ ਆ, ਅਤੇ ਉਹ ਵੀ ਦੀਦਾ ਹੈ ਵੀ ਉਹਦੇ ਵਿੱਚ ਕੋਈ ਗਿਲਤੀ ਨਹੀਂ ਗੀ, ਰਾਈਟ, ਅਤੇ ਮਤਲਬ ਦਿਸ ਰਿਹਾ ਬਾਕੀ ਹੱਥੀਂ ਚੋਇਆ ਆ। ਹੁਣ ਤੁਸੀਂ ਜਾ ਕੇ ਦੁੱਧ ਲਿਆਉਂਗੇ ਅਤੇ ਤੁਹਾਨੂੰ ਕੋਈ ਉਹਦਾ ਪਤਾ ਨਹੀਂ ਵੀ ਕੀ ਕਿਹੜੀ ਗਾਂ ਚੋਈ ਆ, ਕਿੱਥੋਂ ਆ, ਕਿਹੜੇ ਭਾਂਡੇ 'ਚ ਹੋਇਆ, ਯੂ ਨੋ, ਸੋ ਫਿਰ ਪ੍ਰਪੇਅਰਡ ਰਹਿਣਾ ਪੈਣਾ ਆ ਤੁਹਾਨੂੰ, ਵੀ ਹੋ ਸਕਦਾ ਵੀ ਕੋਈ ਸਿਰਦਰਦੀ ਹੋ ਗਈ, ਕੋਈ ਪੇਟ ਦੀ ਖਰਾਬੀ ਹੋ ਗਈ, ਫਿਰ ਦਵਾਈ ਵੀ ਰੱਖਣੀ ਪੈਣੀ ਸਰਾਣੇ। ਸੋ ਇੱਥੇ ਆਉਣ ਜਦੋਂ ਤੁਹਾਨੂੰ ਪਤਾ ਵੀ ਤੁਸੀਂ ਹੱਥੀਂ ਚੋਇਆ ਆ, ਤੁਹਾਨੂੰ ਪਤਾ ਵੀ ਕਿਹੜੀ ਇਹਨੇ ਫੀਡ ਖਾਧੀ ਆ, ਅਤੇ ਤੁਹਾਨੂੰ ਪਤਾ ਆ, ਤੁਹਾਨੂੰ ਫਿਰ ਬਾਹਲੀ ਵਰੀ ਨਹੀਂ। ਜਦੋਂ ਤੁਹਾਡੇ ਘਰ ਦੀ ਫੈਮਿਲੀ ਜਿੱਦਾਂ ਤੁਸੀਂ ਸੌਂਦੇ ਹੋ, ਪਤਾ ਮਾਈ ਦਾ ਯੂ ਨੋ ਮਾਈ ਦਾ ਸਾਡਾ ਹੀ ਘਰ ਆ, ਉੱਥੇ ਕੋਈ ਸਾਨੂੰ ਵਰੀ ਨਹੀਂ ਵੀ ਕਿਸੇ ਨੇ ਕੋਈ ਚੀਜ਼ ਚੱਕ ਲੈਣੀ ਆ ਅਤੇ ਮਤਲਬ ਜਾਂ ਮਤਲਬ ਕੁਛ ਇੱਦਾਂ ਦਾ ਕੁਛ ਹੋ ਵੀ ਨਾ। ਸੋ ਇਸ ਕਰਕੇ ਆ ਘਰ ਦੀ ਚੀਜ਼ ਆ, ਉਹਦੇ ਨਾਲ ਦੀ ਫਿਰ ਰੀਸ ਨਹੀਂ, ਤੁਹਾਨੂੰ ਪਤਾ ਆ ਇਹਨੇ ਕੀ ਖਾਧਾ ਆ, ਕੀ ਕਰ ਰਹੀ ਆ। ਅਤੇ ਨਹੀਂ ਸਾਡੇ ਕੋਲ ਵੈਸੇ ਉਹ ਸਾਡੇ ਕੋਲ ਫਿਰ ਲਿਮਿਟ ਰੂਮ ਹੁੰਦਾ ਆ, ਵੈਸੇ ਤਾਂ 2 ਲਿਆਈਦੀਆਂ ਆ, ਉਹਦੇ ਨਾਲ ਇਹ ਵੀ ਹੋ ਜਾਂਦਾ ਹੈ ਜਦੋਂ ਫਿਰ ਜਾਂਦੇ ਇਹ ਵੀ ਕਹਿੰਦੇ ਹੁਣ ਪਤਾ ਨਹੀਂ ਕਿੱਧਰ ਚੱਲੇ ਆ, ਯੂ ਨੋ, ਕਿਉਂ ਘਰ ਹਰ ਇੱਕ ਨੂੰ ਪਿਆਰਾ ਆ। ਹੁਣ ਇਹ ਘੋੜੇ ਇਹ ਰਲ ਜਾਂਦੇ ਆ ਅਤੇ ਇਹ ਇਹਨਾਂ ਦੇ ਅਤੇ ਹੁਣ ਵਿਚਾਰੀ ਕਈ ਵਾਰੀ ਹਾਕਾ ਮਾਰਦੀ ਆ, ਯੂ ਨੋ, ਪਰ ਵੈਸੇ ਤਾਂ ਜਾਣਦੇ ਆ ਪਤਾ ਆ, ਯੂ ਨੋ, ਪਰ ਜੇ ਹੁਣ ਮਾੜਾ ਜਿਹਾ ਵੀ ਇਹਨਾਂ ਨੂੰ ਤੋਰਿਆ ਪਾਸੇ ਨੂੰ, ਇਹਨਾਂ ਨੂੰ ਵਰੀ ਹੋ ਜਾਣੀ ਵੀ ਪਤਾ ਨਹੀਂ ਕੀ ਹੋਣ ਲੱਗਾ ਵੀ ਚੱਲਿਆ, ਯੂ ਨੋ। ਉੱਦਾਂ ਤਾਂ ਵੈਸੇ ਉਹ ਕਈ ਵਾਰੀ ਇਹਨੂੰ ਪੈਂਦੇ ਆ, ਜਿੱਦਾਂ ਮਤਲਬ ਕਹਿੰਦੇ ਆ ਜਦੋਂ ਖਾਣਾ ਖੁਣਾ ਖਾਂਦੇ ਆ ਵੀ ਤੂੰ ਜਾ ਤੂੰ ਕੌਣ ਹੁੰਦੀ ਆ, ਪਰ ਜੇ ਮਾੜੇ ਜਿਹੇ ਪਰੇ ਕੇ ਲੈ ਗਏ ਤਾਂ ਕਹਿਣਾ ਉਹ ਤੂੰ ਚੱਲੀ ਆ, ਉਹ ਦਬਦਬ ਉੱਥੋਂ ਵੀ ਹਾਕਾ ਇਹਨੂੰ ਮਾਰਨ ਲੱਗ ਪੈਣਾ। ਹੁਣ ਮੈਂ ਤੁਹਾਨੂੰ ਦੱਸ ਦਿੰਦਾ ਘੋੜੀ ਨੂੰ ਜੀ ਵੀ ਕੱਢ ਲਿਆ ਨਾ, ਘੋੜੇ ਨੇ ਡਿੰਗਣ ਲੱਗ ਪੈਣਾ ਹਾਕਾ ਮਾਰਨੀ ਆ, ਕੀ ਹੋ ਗਿਆ ਕਿੱਧਰ ਚੱਲੇ ਆ ਜਦੋਂ। ਤੁਸੀਂ ਜਿੱਥੇ ਵੀ ਜਾਂਦੇ ਹੋ ਉੱਥੇ ਵੀ ਦੁੱਧ ਕਰੇ ਮੋਲ ਲੈ ਲੈਂਦੇ ਨਾਲ ਹੀ ਲੱਗ ਜਾਂਦੇ ਗਾਂ? ਬਾਬੇ ਨਾਨਕ ਦੀ ਬੜੀ ਕਿਰਪਾ ਆ, ਅਸੀਂ ਇੱਕ ਤਾਂ ਸਾਨੂੰ ਕੋਈ ਵਰੀ ਨਹੀਂ ਹੁੰਦੀ ਗਾਂ ਦਾ, ਨਾਲ ਆ ਦੁੱਧ ਆ ਸਾਨੂੰ ਮਿਲ ਜਾਂਦਾ ਆ, ਦੂਜਾ ਸਾਨੂੰ ਕੋਈ ਚੋਣ ਵਾਲਾ ਨਹੀਂ ਲੱਭਣਾ, ਯੂ ਨੋ, ਲੋੜ ਆ ਕਿਉਂ ਹਰ ਇੱਕ ਨੂੰ, ਨਹੀਂ ਤਾਂ ਤੁਸੀਂ ਲੱਭੋਗੇ ਵੀ ਚੋਲੋਂਗੇ ਕਰ ਲਉਂਗਾ। ਅਤੇ ਫਿਰ ਉਹਦੇ ਨਾਲ ਇਹ ਵੀ ਆ ਜੇ ਤੁਸੀਂ ਟਾਈਮ ਨਾਲ ਨਹੀਂ ਚਾਹੁੰਦੇ ਤਾਂ ਤੁਹਾਨੂੰ ਉਹ ਫਿਰ ਪਸ਼ੂ ਮਤਲਬ ਗਾਂ ਨੂੰ ਵੀ ਬਿਚਾਰੀ ਨੂੰ ਪ੍ਰੋਬਲਮ ਆ ਜਾਣੀ ਆ, ਯੂ ਨੋ, ਸੋ ਇਹਦੇ ਨਾਲ ਕੋਈ ਵਰੀ ਨਹੀਂ। ਇਸੇ ਕਰਕੇ ਹੁਣ ਮੈਂ ਬਾਹਲਾ ਵਾਲੇ ਪਾਸੇ ਮੈਂ ਨਹੀਂ ਜਾਂਦਾ, ਜਿੱਦਾਂ ਕਿ ਹੁਣ ਆਮ ਬੰਦਾ ਵੀ ਉਹਨੂੰ ਪਤਾ ਨਹੀਂ, ਜਿਹੜਾ ਪਸ਼ੂ ਰੱਖਦਾ ਹੈ ਉਹਨੂੰ ਪਤਾ ਆ ਜੀ, ਅਤੇ ਹੁਣ ਬੱਚੇ ਆ ਮਤਲਬ ਉਹਨੇ ਵਿਚਾਰੇ ਥੱਲੇ ਕੋਈ ਪਸ਼ੂ ਮਤਲਬ ਪੈਰ ਹੀ ਰੱਖ ਦੇ, ਵਟ ਨਾਟ, ਯੂ ਨੋ, ਤੋਂ ਨਗਾ ਆਮ ਬੰਦੇ ਨੇ ਉਹਨੇ ਦਿਮਾਗ 'ਚ ਪ੍ਰੋਗਰਾਮ ਆਲਰੇਡੀ ਕੀਤਾ ਮੈਂ ਅੱਜ ਕੀ ਮੇਰਾ ਏਜੰਡਾ ਆ, ਕੀ ਕੀ ਕਰਨਾ ਆ, ਉਹਨੇ ਇਹ ਨਹੀਂ ਰਿਹਾ ਵੀ ਉਹਨੂੰ ਇਹ ਨਹੀਂ ਪਤਾ ਵੀ ਮੇਰੇ 'ਤੇ ਪਸ਼ੂ ਨੇ ਪੈਰ ਵੀ ਰੱਖ ਦੇਣਾ ਜਾਂ ਨਾ। ਸੋ ਮਤਲਬ ਹੁਣ ਫਿਰ ਚਲੋ ਸਾਡੀ ਗਾਂ ਹੈ, ਮਤਲਬ ਸਾਡਾ ਫਰਜ਼ ਬਣਦਾ ਆ, ਤੋ ਮੈਂ ਤਕਰੀਬਨ ਜਦੋਂ ਫਿਰ ਆਉਣਾ ਆ, ਯੂ ਨੋ, ਚਲੋ ਇੱਥੇ ਫੈਂਸ ਤੱਕ ਤਾਂ ਵੱਖਰੀ ਗੱਲ ਹੈ, ਹੁਣ ਛੱਡੀ ਆ ਵੀ ਐਨ ਨਿਗਾਹ 'ਚ ਰੱਖਣੀ ਆ ਵੀ ਕਿਤੇ, ਯੂ ਨੋ। ਪ੍ਰਿੰਸ ਜੋਰਜ ਮੇਰੇ ਹਿਸਾਬ ਨਾਲ ਹੈ 8 ਸਾਲ ਹੋ ਗਏ ਹੁੰਦੇ ਨੇ। ਹਾਂਜੀ, ਇੱਥੇ ਮੈਂ ਐਕਚੁਲੀ ਮਸ਼ੀਨ ਲੈਣ ਆਇਆ ਸੀਗਾ, ਪਹਿਲਾਂ ਨਹੀਂ ਸੀ ਮੈਂ ਪ੍ਰਿੰਸ ਜੋਰਜ ਕਦੀ ਆਇਆ, ਅਤੇ ਉਹ ਫਰੈਂਡ ਤੋਂ ਇੱਥੇ ਗੋਰਾ ਉਹ ਜਾਣਦਾ ਸੀ, ਉਹਦੇ ਕੋਲ ਕਟਿੰਗ ਮਸ਼ੀਨ ਆ, ਅਤੇ ਉਹ ਤੋਂ ਬਾਅਦ ਮੈਂ ਉਹ ਆਟਾ ਪੀਹ ਕੇ ਲਿਆਂਦਾ, ਜ਼ਿਆਦਾ ਆਟੇ ਦੇ ਬੋਰੇ ਰੱਖ ਲਈਦੇ ਆ, ਘਰ ਦੀ ਕਣਕ ਅਸੀਂ ਉਗਾਈਦੀ ਆ, ਅਤੇ ਘਰ ਦੀ ਸਰੋਂ ਮਤਲਬ ਅਸੀਂ ਘਰ ਦੇ ਬੇਸੇ ਤਕਰੀਬਨ ਘਰ ਦਾ ਹੀ ਫੂਡ ਹੁੰਦਾ ਸਾਡੇ, ਸਮਰ 'ਚ 100% ਘਰ ਦਾ ਹੀ ਆ, ਗਾਜਰਾਂ ਗੁਜਰਾਂ ਧਨੀਆ ਪੂਤਨਾ ਜੋ ਵੀ ਸਾਰਾ ਜਿੱਦਾਂ, ਯੂ ਨੋ।
ਕਿਤੇ ਕਿ ਲੋੜ ਪੈ ਜਾਵੇ ਜਾਣ ਦੀ ਸਭ ਤੋਂ ਕਾਰੀ ਵੀ ਡੋਨਟ ਰੀਲੀ ਡੇ ਵੀ ਡੋਨਟ ਰੀਲੀ ਨੀਡ ਟੂ ਗੋ ਟੂ ਸਟੋਰ ਜਿਵੇਂ ਪਹਿਲਾਂ ਆਪਣੇ ਕਹਿੰਦੇ ਹੁੰਦੇ ਸੀ ਥੱਲੇ ਲੋਕ ਲੂਣ ਲੈਣ ਸ਼ਹਿਰ ਹੀ ਜਾਂਦੇ ਬਾਕੀ ਸਭ ਤੋਂ ਪਿੰਡ ਹੁੰਦਾ ਜੀ ਬਿਲਕੁਲ ਨੋ ਨੋ ਬਾਬੇ ਨੇ ਇਹਨੂੰ ਅਸੀਂ ਸਰੋਂ ਬੀਜ ਲਈਦੀ ਆ ਤੇਲ ਉਹ ਸਰੋਂ ਦਾ ਕੱਢ ਲਈਦਾ ਤੇ ਜੇ ਇਹ ਵੀ ਨਹੀਂ ਵੀ ਬਾਹਲਾ ਇੰਨਾ ਜਬ ਪਾਉਣਾ ਖਾਣ ਪੀਣ ਜੋ ਕਿ ਬਾਬਾ ਨਾਨਕ ਮੁੱਕਣ ਨਹੀਂ ਦਿੰਦਾ ਜਦਾ ਤੇ ਹੁਣ ਪਿਛਲੇ ਸਾਲ ਦੀ ਸਰੋਂ ਬੀਜੀ ਆ ਐਕਚੁਅਲੀ ਉਹ ਤੇਲ ਤੂਲ ਕੱਢਣ ਜੋਗੀ ਬਥੇਰੀ ਚੱਕ ਲਈ ਆ ਬਾਕੀ ਹਲੇ ਖੱਤਿਆਂ 'ਚ ਪਈ ਆ ਪਿਛਲੇ ਸਾਲ ਦੀ ਉਹ ਬਰਫ਼ ਥੱਲੇ ਵੀ ਹੁਣ ਫਰ ਫੇ ਫੁਰ ਗਈ ਆ ਜੇ ਚੱਕੋ ਹੀ ਨਹੀਂ ਤਾਂ ਮੁੜ ਕੇ ਵਾਹ ਕੇ ਫੇ ਗਾਂ ਜਿਹੜੀ ਉਹ ਤੇ ਫੇ ਬੀਜ ਲਈਦੀ ਆ ਚਲੋ ਤੇ ਹੁਣ ਜਿੱਦਾਂ ਕਣਕ ਅਸੀਂ 3-4 ਸਾਲ ਬਾਅਦ ਬੀਜ ਲਈਦੀ ਆ ਉਹ ਬੀਜ ਖਰਾਬ ਨਹੀਂ ਹੁੰਦਾ ਕਿ ਉਹ ਠੰਡਾ ਮੁਲਕ ਹੈ ਫੇ ਵੀ ਤਕਰੀਬਨ 6-7 ਸਾਲ ਤੱਕ ਇਹ ਖਰਾਬ ਨਹੀਂ ਹੁੰਦੀ ਜਰਮਨੇਸ਼ਨ ਜਿੱਦਾਂ ਜਿਹੜੀ ਆ ਇਹਦੀ ਜਿਹੜੀ ਆ ਜੇ ਤੁਸੀਂ 6-7 ਸਾਲ ਦੀ ਵੀ ਬੀਜੋਗੇ ਉਹ ਉੱਗ ਖੜਨੀ ਆ ਅਤੇ ਖਾਣੀ ਵੀ ਇੱਦਾਂ ਹੀ ਚਾਹੀਦੀ ਆ ਪਹਿਲਾਂ ਦਾਣਿਆਂ ਨੂੰ ਤੁਸੀਂ ਮਤਲਬ ਟੈਸਟ ਕਰ ਲਓ ਕਣਕ ਨੂੰ ਉਗਾ ਕੇ ਦੇਖ ਲਓ 10-15-20 ਦਾਣੇ ਤੁਸੀਂ ਉਹਨੂੰ ਮਤਲਬ ਭੇਂ ਕੇ ਨੈਪਕਿਨ ਦੇ ਉੱਤੇ ਰੱਖ ਲਓ ਭੇਂ ਕੇ ਅਤੇ ਉਹਨੂੰ ਬਾਅਦ ਦੇ ਵਿੱਚ ਉੱਤੇ ਕੱਪੜਾ ਰੱਖ ਦਿਓ ਡਾਰਕ ਦੇ ਵਿੱਚ ਨਹੀਂ ਉੱਗਣਾ ਆ ਉਹਨੇ ਤੀਜੇ ਚੌਥੇ ਦਿਨ ਮਤਲਬ ਤੀਜੇ ਕੁ ਦਿਨ ਉਹਨੂੰ ਦੇਖ ਲਓ ਪਾਣੀ ਜਿਹਾ ਦੇ ਜਾਓ ਅਤੇ ਉਹ ਮੁੜ ਕੇ ਉਂਗਰ ਜਾਣੇ ਆ ਉਹ ਜੇ ਤਾਂ ਉਂਗਰ ਗਏ ਆ ਉਹ ਠੀਕ ਆ ਜੇ ਨਹੀਂ ਉਂਗਰੇ ਉਹ ਜੇ ਤੁਸੀਂ ਆਟਾ ਬਣਾਓਗੇ ਮਿੱਟੀ ਆ ਕੋਈ ਖਾਣ ਦਾ ਵੀ ਫਾਇਦਾ ਨਹੀਂ ਕਿਉਂ ਵਿੱਚ ਜਿਹੜੀ ਉਹਦੀ ਜਰਮਨੇਸ਼ਨ ਆ ਜਿਹੜੀ ਉਹੀ ਅਸਲੀ ਚੀਜ਼ ਆ ਜਿਹੜੀ ਆ ਹੁਣ ਚੂਹਾ ਵੀ ਜਦੋਂ ਆਉਂਦਾ ਆ ਚੂਹਾ ਆਟਾ ਨਹੀਂ ਖਾਂਦਾ ਸੁਸਰੀ ਆਉਂਦੀ ਆ ਸੁਸਰੀ ਲੱਗ ਜਾਂਦੀ ਆ ਉਹ ਵਿੱਚ ਗਲੀ ਕਰਕੇ ਵਿੱਚ ਜਾਂਦੀ ਜਰਮਨੇਸ਼ਨ ਉਹਨੂੰ ਖਾਂਦੀ ਆ ਬਾਕੀ ਦਾਣਾ ਛੱਡ ਜਾਂਦੀ ਆ ਅਤੇ ਹੁਣ ਅਸੀਂ ਤਕਰੀਬਨ ਇੰਨੇ ਕੁ ਹੋ ਗਏ ਹਾਂ ਐਜੂਕੇਟਡ ਅਸੀਂ ਆਟਾ ਹੀ ਖਾਂਦੇ ਹਾਂ ਬਾਕੀ ਵਿੱਚ ਉਹ ਮੇਰੀ ਮਤਲਬ ਪੂਰੀ ਨਹੀਂ ਹੈ ਫੀਡ ਪੂਰੀ ਨਹੀਂ ਗੀ ਜਿੱਦਾਂ ਜੇ ਮੈਂ ਉਹਨੂੰ ਦੁਬਾਰੇ ਹੋਰ ਵੀ ਨਹੀਂ ਕਹਿਣਾ ਹੋਰ ਲੈ ਲਾ ਜਿੱਦਾਂ ਉਹ ਮੁੜ ਕੇ ਪਤਾ ਨਹੀਂ ਵਿੱਚ ਟਾਈਮ ਦੇ ਕੀ ਆਊਟ ਹੋ ਜਾਂਦਾ ਹੈ ਮੁੜ ਕੇ ਉਹ ਮਤਲਬ ਕਈ ਵਾਰੀ ਤਾਂ ਭੁੱਖ ਹੀ ਹਟ ਜਾਂਦੀ ਹੈ ਕਈ ਵਾਰੀ ਪੀਣ ਜੀ ਨੂੰ ਸੋ ਜਦੋਂ ਪੀਂਦੇ ਹਾਂ ਪਹਿਲਾਂ ਤੱਕਣਾ ਵੀ ਕਿੱਡਾ ਗਲਾਸ ਆ ਕਿੰਨਾ ਵਧੀਆ ਆ ਜੀ ਨੂੰ ਪੀਂਦੇ ਹਾਂ ਸਹੀ ਗੱਲ ਆ ਨਜ਼ਾਰਾ ਆ ਗਿਆ ਕਿੱਥੇ ਤੁਸੀਂ ਛੱਡ ਕੇ ਕਹਿਣਾ ਹੋਰ ਹੈਗੀ ਆ ਹੁਣ ਕਿੱਥੇ ਤਾਂ ਮੋਹਰੇ ਫੁਲਕੇ ਪਏ ਆ ਯੂ ਨੋ ਏਡਾ ਢੇਰ ਲੱਗਾ ਆ ਯੂ ਨੋ ਫੁਲਕਿਆਂ ਦਾ ਤੁਸੀਂ ਜਿੰਨੇ ਮਰਜ਼ੀ ਹਾਂ ਵੀ ਆ ਜਾਓ ਲੰਗਰ ਛਕੋ ਉੱਥੇ ਕਿਸੇ ਨੇ ਇਹ ਥੋੜ੍ਹੀ ਪੁੱਛਣਾ ਜਿੰਨੇ ਐਜੂਕੇਟਿਡ ਵੀ ਕਿੰਨੇ ਖਾਣੇ ਕੀ ਨਹੀਂ ਆ ਜਿੰਨੀ ਭੁੱਖ ਆ ਖਾ ਲਓ